ਗਵਰਨਮੈਂਟ ਬਾਕੀ ਗਵਰਨਮੈਂਟ ਜਿਹੜੀ ਰੋਟੀ ਕੱਪੜਾ ਔਰ ਮਕਾਨ ਦਾ ਨਾਰਾ ਲਾਉਂਦੀ ਤੁਹਾਡੇ ਸਾਹਮਣੇ। ਇਸ ਮੁਲਕ 'ਚ ਰੋਟੀ ਪਹਿਲੇ ਹੀ ਨਹੀਂ ਹੈ ਅਤੇ ਕੱਪੜਾ ਅਤੇ ਜਿਹੜਾ ਮਕਾਨ ਸੀ ਉਹ ਇਸ ਗੌਰਮੈਂਟ ਨੇ ਖੋਹ ਲਿਆ। ਟੈਕਸ ਲਾਉਣ ਨਾਲ ਜਿਹੜਾ ਗਰੀਬ ਆਦਮੀ ਸੀ ਉਹ ਮਕਾਨ ਬਣਾ ਹੀ ਨਹੀਂ ਸਕਦਾ। ਅਤੇ ਲਿਹਾਜ਼ਾ ਅਸੀਂ ਇਹ ਅਪੀਲ ਕਰਦੇ ਹਾਂ ਕਿ ਵਜ਼ੀਰ ਆਜ਼ਮ ਸਦਰ ਸਾਹਿਬ ਨੂੰ ਕਿ ਇਹ ਟੈਕਸ ਖਤਮ ਕੀਤਾ ਜਾਏ ਅਤੇ ਇਸ ਇੱਜ਼ਤ ਨਾਲ ਇਸ ਕਾਰੋਬਾਰ ਨੂੰ ਚੱਲਣ ਦਿੱਤਾ ਜਾਏ। ਗਰੀਬ ਆਵਾਮ ਨੂੰ ਟੈਕਸ ਲੱਗਣਾ, ਪੱਠੇ ਲੱਗਣਾ, ਪੱਠਾ ਬੰਦ ਹੋ ਗਿਆ, 1000 ਮਜ਼ਦੂਰ ਇੱਕ ਪੱਠੇ ਤੋਂ ਫਰਕ ਹੋ ਜਾਣਾ ਹੈ। ਖਰਾਬ ਕਰਨ ਦੇ ਨੇ ਕੰਮ। ਤੁਹਾਡਾ ਨਾਂ ਕੀ?